ਤੇ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ ਸਾਰਿਆਂ ਦਾ। ਉਮੀਦ ਕਰਦਾ ਜੀ ਠੀਕ ਹੋਵੋਗੇ। ਅੱਜ ਦੀ ਵੀਡੀਓ ਬਣਾਉਣ ਲੱਗਿਆ ਮੈਂ, ਅੱਜ ਮੈਨੂੰ ਕਾਫੀ ਸਾਰੇ ਮੈਸੇਜ ਆ ਰਹੇ ਨੇ ਲੋਕਾਂ ਦੇ, ਆਡੀਅੰਸ ਦੇ ਬਹੁਤ ਮੈਸੇਜ ਆ ਰਹੇ ਨੇ ਤੇ ਹਰ ਕੋਈ ਪੁੱਛਦਾ ਕਿ ਹਾਂਜੀ ਅਸੀਂ ਵਿਜ਼ਟਰ ਤੋਂ ਵਰਕ ਵੀਜ਼ਾ ਚੇਂਜ ਕਰਾਉਣਾ ਕੀ ਹੋ ਜਾਊਗਾ ਕਿ ਨਹੀਂ, ਕੀ ਪ੍ਰੋਸੈਸ ਆ, ਹਨਾ। ਤੇ ਹੋਰ ਵੀ ਆ ਵੀ ਮੈਸੇਜ ਕਈ ਪੁੱਛ ਰਹੇ ਨੇ ਕਿ ਤੁਹਾਨੂੰ ਵਿਜ਼ਟਰ ਵੀਜ਼ੇ ਤੇ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਕੀ ਕੁਝ ਪੁੱਛਿਆ। ਤੇ ਅੱਜ ਦੀ ਵੀਡੀਓ 'ਚ ਮੈਂ ਸਭ ਕੁਝ ਗੱਲ ਕਰ ਰਿਹਾ ਆਪਣੇ ਐਕਸਪੀਰੀਅੰਸ ਬੇਸ ਤੇ, ਠੀਕ ਆ, ਜੋ ਮੈਂ ਕੁਝ ਇੱਥੇ ਆ ਕੇ ਫੀਲ ਕੀਤਾ ਜਾਂ ਜਿਹੜੇ ਵਿਜ਼ਟਰ ਨੇ ਉਹਨਾਂ ਨਾਲ ਗੱਲ ਕੀਤੀ ਆ ਕੇ, ਠੀਕ ਆ। ਤੇ ਸਾਰਾ ਐਕਸਪੀਰੀਅੰਸ ਗੱਲਬਾਤ ਦੇ ਬੇਸ ਤੇ ਹੀ ਆ। ਜੇ ਤੁਸੀਂ ਕੋਈ ਪ੍ਰੋਫੈਸ਼ਨਲ ਰਾਏ ਲੈਣੀ ਆ ਤਾਂ ਤੁਸੀਂ ਕੋਈ ਲਾਇਰ ਜਾਂ ਹਨਾ ਅੰਬੈਸੀ ਨੂੰ ਕੰਟੈਕਟ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤਾਂ ਐਂ ਆ ਕਿ ਜਿਵੇਂ ਇੱਥੋਂ ਨਾ ਵਿਜ਼ਟਰ ਵੀਜ਼ੇ ਅੱਜ ਕੱਲ੍ਹ ਬਹੁਤ ਖੁੱਲ੍ਹੇ ਨੇ ਅਤੇ ਬਹੁਤ ਜਣੇ ਆ ਵੀ ਰਹੇ ਨੇ, ਅਤੇ ਕਈ ਲੋਕ 15-15, 20-20 ਲੱਖ ਦੇ ਕੇ ਵੀ ਇਕੱਲਾ ਵਿਜ਼ਟਰ ਵੀਜ਼ੇ 'ਤੇ ਇੱਥੇ ਆ ਰਹੇ ਨੇ। ਮੇਰੇ ਹਿਸਾਬ ਨਾਲ ਤਾਂ ਯਾਰ ਇਹ ਸਭ ਤੋਂ ਮਾੜੀ ਗੱਲ ਆ ਕਿ ਇੱਕ ਵਿਜ਼ਟਰ ਵੀਜ਼ਾ ਜਿਹਦੀ ਲਗਭਗ ਫੀਸ 10-12 ਹਜ਼ਾਰ ਹੁੰਦੀ ਆ ਅਤੇ ਇਕੱਲਾ ਵਿਜ਼ਟਰ ਵੀਜ਼ਾ ਲਵਾਉਣ ਲਈ ਉਹ 10-10 ਲੱਖ 15-15 ਲੱਖ ਦੇ ਕੇ ਆ ਰਹੇ ਨੇ ਲੋਕ, ਤਾਂ ਇਟਸ ਕਾਇੰਡ ਆਫ ਬੈਡ ਥਿੰਗ। ਅਤੇ ਮੈਨੂੰ ਵੀ ਬਹੁਤ ਬੁਰਾ ਲੱਗਿਆ ਕਿਉਂਕਿ ਮੈਂ ਆਪਣਾ ਵਿਜ਼ਟਰ ਵੀਜ਼ਾ ਆਪ ਅਪਲਾਈ ਕੀਤਾ, ਹੈ ਨਾ, ਆਪ ਸਾਈਟ 'ਤੇ ਜਾ ਕੇ ਸਾਰੇ ਡਾਕੂਮੈਂਟ ਆਪ ਸਬਮਿਟ ਕੀਤੇ ਆ, ਅਤੇ ਮੈਨੂੰ ਨਹੀਂ ਲੱਗਦਾ ਕਿ ਇੰਨਾ ਮਹਿੰਗਾ ਹੋਣਾ ਚਾਹੀਦਾ ਇਹ। ਬਟ ਤੁਹਾਨੂੰ ਪਤਾ ਹੀ ਆ ਜਿਹੜੇ ਏਜੰਟ ਹੁੰਦੇ ਨੇ ਕਈ ਇਹਨਾਂ ਚੀਜ਼ਾਂ ਦਾ ਹਮੇਸ਼ਾ ਫਾਇਦਾ ਹੀ ਚੱਕਦੇ ਨੇ, ਹੈ ਨਾ, ਕਿ ਜਦੋਂ ਵੀ ਕੁਛ ਕੰਟਰੀਜ਼ ਦੇ ਇੱਦਾਂ ਦੇ ਵੀਜ਼ੇ ਖੁੱਲ੍ਹਦੇ ਨੇ ਤਾਂ ਉਹ ਪ੍ਰਮੋਟ ਕਰੀ ਜਾਂਦੇ ਨੇ ਕਿ ਹਾਂਜੀ ਵਿਦਾਊਟ ਆਈਲੈਟਸ ਬਾਹਰ ਜਾਓ, ਉਹ ਜਾਓ, ਅਤੇ ਬਟ ਇਟਸ ਕਾਇੰਡ ਆਫ ਬੈਡ ਥਿੰਗ। ਇਹਦੇ ਪਿੱਛੇ ਕਾਰਨ ਵੀ ਆ ਕਿ ਲੈਕ ਆਫ ਨੌਲੇਜ, ਹੈ ਨਾ, ਕਿ ਲੋਕਾਂ ਨੂੰ ਨੌਲੇਜ ਨਹੀਂ ਹੁੰਦੀ, ਸਿਰਫ ਉਹ ਏਜੰਟਾਂ ਦੇ ਧੱਕੇ ਚੜ੍ਹ ਜਾਂਦੇ ਨੇ ਅਤੇ ਇੱਥੇ ਆ ਜਾਂਦੇ ਨੇ। ਅਤੇ ਕਈ ਵੀਰ ਮੈਂ ਦੇਖੇ ਵੀ ਨੇ ਇੱਥੇ ਆ ਕੇ ਤੰਗ ਬਹੁਤ ਹੋ ਰਹੇ ਨੇ ਕਿਉਂਕਿ ਨਿਊਜ਼ੀਲੈਂਡ ਇਟਸ ਲਾਈਕ ਵੈਰੀ ਐਕਸਪੈਂਸਿਵ, ਹੈ ਨਾ, ਇੱਥੇ ਲਾਈਫ ਐਕਸਪੈਂਸ ਬਹੁਤ ਜ਼ਿਆਦਾ ਨਹੀਂ। ਜੇ ਤੁਸੀਂ ਇੱਥੇ ਰਹਿਣਾ ਹੈ ਤਾਂ $500 ਤਾਂ ਇੱਕ ਹਫ਼ਤੇ ਦਾ, ਇੱਕ ਵੀਕ ਦਾ ਮਿਨੀਮਮ ਖਰਚਾ ਆ ਹੀ ਜਾਂਦਾ ਕਿਉਂਕਿ $200 ਤਾਂ ਰੈਂਟ ਆ, ਹੈ ਨਾ, ਉਸ ਤੋਂ ਇਲਾਵਾ ਗਰੋਸਰੀ ਵਗੈਰਾ ਬਹੁਤ ਮਹਿੰਗੀ ਹੈ ਇੱਥੇ, ਅਤੇ ਜੇ ਤੁਸੀਂ ਆਪਣਾ ਟਰਾਂਸਪੋਰਟ ਵੀ ਲੈਣਾ, ਹੈ ਨਾ, ਤਾਂ ਖਰਚਾ ਬਹੁਤ ਹਾਈ ਚਲਾ ਜਾਂਦਾ। ਅਤੇ ਹੁਣ ਦੂਜੀ ਗੱਲ ਆ ਗਈ ਕਿ ਟੂਰਿਸਟ ਵੀਜ਼ੇ ਨੂੰ ਵਰਕ ਵੀਜ਼ੇ 'ਚ ਕਿਵੇਂ ਕਨਵਰਟ ਕਰਾਉਣਾ, ਹੈ ਨਾ, ਤਾਂ ਸਭ ਤੋਂ ਪਹਿਲੀ ਗੱਲ ਇਹ ਤਾਂ ਗਲਤ ਆ ਕਿਉਂਕਿ ਟੂਰਿਸਟ ਵੀਜ਼ਾ ਕਦੇ ਵਰਕ ਵੀਜ਼ੇ 'ਚ ਕਨਵਰਟ ਨਹੀਂ ਹੁੰਦਾ, ਹੈ ਨਾ, ਤਾਂ ਵਰਕ ਵੀਜ਼ਾ ਨਵੇਂ ਸਿਰੇ ਤੋਂ ਹੀ ਲਾਉਣਾ ਪੈਂਦਾ ਇੱਥੇ ਆ ਕੇ। ਅਤੇ ਪ੍ਰੋਫਾਈਲ 'ਚ ਜੋ ਤੁਸੀਂ ਜ਼ਰੂਰ ਐਡ ਕਰ ਸਕਦੇ ਹੋ ਕਿ ਮੈਂ ਇੱਥੇ ਵਿਜ਼ਟਰ ਆਇਆ ਸੀਗਾ, ਅਤੇ ਬਟ ਵਰਕ ਵੀਜ਼ੇ ਲਈ ਤੁਹਾਨੂੰ ਇੱਕ ਇੰਪਲੋਇਰ ਲੱਭਣਾ ਪੈਣਾ, ਹੈ ਨਾ, ਪਹਿਲਾਂ ਇੰਪਲੋਇਰ ਵੀ ਰਿਲਾਈਬਲ ਹੋਵੇ, ਮਤਲਬ ਇੱਕ ਇੰਪਲੋਇਰ ਨੇ ਜਿਹਨੇ ਤੁਹਾਨੂੰ ਵਰਕ ਵੀਜ਼ਾ ਦੇਣਾ, ਹੈ ਨਾ, ਉਹਨੂੰ ਵੀ ਕਾਫੀ ਫੋਰਮੈਲਿਟੀਜ਼ ਕਰਨੀਆਂ ਪੈਣਗੀਆਂ, ਅਤੇ ਉਹਨੂੰ ਤੁਹਾਨੂੰ ਮਿਨੀਮਮ $29 ਪਰ ਘੰਟੇ ਦਾ ਵੇਜ ਦੇਣਾ ਪੈਣਾ, ਤਾਂ ਕਿਤੇ ਜਾ ਕੇ, ਹੈ ਨਾ, ਉਹ ਤੁਹਾਨੂੰ ਆਫਰ ਲੈਟਰ ਦਊਗਾ। ਜੇ ਤੁਸੀਂ ਸੋਚਦੇ ਹੋ ਕਿ ਇੱਥੇ ਆ ਕੇ ਵਿਜ਼ਟਰ ਤੋਂ ਵਰਕ 'ਚ ਕਨਵਰਟ ਹੋ ਜਾਊਗਾ, ਤਾਂ ਮੈਂ ਨੈਗੇਟਿਵ ਤਾਂ ਨਹੀਂ ਕਰਨਾ ਚਾਹੁੰਦਾ ਕਿਸੇ ਨੂੰ, ਬਟ ਇਹ ਬਹੁਤ ਟਫ ਆ, ਹੈ ਨਾ। ਪਹਿਲਾਂ ਹੀ ਕਈ ਲੋਕ 10-10, 15-15 ਲੱਖ ਲਾ ਕੇ ਇੱਥੇ ਆ ਰਹੇ ਨੇ, ਉਸ ਤੋਂ ਬਾਅਦ ਜਿਹੜਾ ਕਿ ਵਰਕ ਵੀਜ਼ਾ ਲਵਾਉਂਦਾ ਤੁਹਾਡਾ, ਹੈ ਨਾ, ਉਹ ਵੀ ਕੁਛ ਨਾ ਕੁਛ ਪੈਸੇ ਚਾਰਜ ਕਰੂਗਾ ਕਿਉਂਕਿ ਉਹਨਾਂ ਦੀ ਆਪਦੀ ਫੀਸ ਵੀ ਲੱਗ ਜਾਂਦੀ ਆ, 4-5 ਲੱਖ ਉਹਨਾਂ ਨੂੰ ਵੀ ਪ੍ਰੋਸੈਸਿੰਗ ਫੀਸ ਦੇਣੀ ਓ ਪੈਂਦੀ ਆ, ਅਤੇ ਬਾਕੀ ਜਿਹੜਾ ਇੰਪਲੋਇਰ ਤੁਹਾਨੂੰ ਬੁਲਾ ਰਿਹਾ ਆ ਅਤੇ ਮਾੜੇ ਮੋਟੇ ਪੈਸੇ ਉਹ ਵੀ ਚਾਰਜ ਕਰਦਾ। ਤਾਂ ਕਰਕੇ ਜੇ ਤੁਸੀਂ ਇੱਥੇ ਵਿਜ਼ਟਰ ਆ ਰਹੇ ਹੋ ਤਾਂ ਵਿਜ਼ਟਰ ਆਉਣ ਦਾ ਫਾਇਦਾ ਤਾਂ ਹੀ ਆ ਕਿ ਜੇ ਤੁਸੀਂ ਪੱਕੇ ਪੈਰੀ ਆਓ ਇੱਥੇ, ਤੁਹਾਡੇ ਕੋਲ ਪਹਿਲਾਂ ਹੀ ਕੋਈ ਪਲੈਨਿੰਗ ਹੈਗੀ ਆ ਕਿ ਵਿਜ਼ਟਰ 'ਤੇ ਆ ਕੇ ਤੁਸੀਂ ਇੱਥੇ ਰਹਿਣਾ ਕਿੱਥੇ ਆ, ਹੈ ਨਾ, ਕਿ ਕੋਈ ਤੁਹਾਨੂੰ ਆ ਕੇ ਇੱਥੇ ਸਾਂਭਲੂਗਾ ਕਿਉਂਕਿ ਇੱਥੇ ਐਕਸਪੈਂਸ ਬਹੁਤ ਜ਼ਿਆਦਾ ਨੇ। ਅਤੇ ਤਾਂ ਕਰਕੇ ਪਹਿਲਾਂ ਤੁਹਾਡੇ ਕੋਲ ਕੋਈ ਪਲੈਨ ਹੋਣਾ ਚਾਹੀਦਾ ਕਿ ਜੇ ਪਲੈਨ ਹੋਵੇ ਕਿ ਤੁਸੀਂ ਵਿਜ਼ਟਰ ਤੋਂ ਬਾਅਦ ਸਟੱਡੀ 'ਤੇ ਕਰਾਉਣਾ, ਕਿ ਕੋਈ ਤੁਹਾਡੇ ਕੋਲ ਇੱਦਾਂ ਦਾ ਇੰਪਲੋਇਰ ਹੈਗਾ ਜਿਹਨੇ ਤੁਹਾਨੂੰ ਆਫਰ ਲੈਟਰ ਵਗੈਰਾ ਦਿੱਤਾ ਹੋਇਆ ਅਤੇ ਤੁਹਾਡਾ ਵੀਜ਼ਾ ਚੇਂਜ ਕਰਾ ਦੂ। ਹਾਂ, ਪਰ ਜੇ ਤੁਸੀਂ ਇੱਥੇ ਬਿਨਾਂ ਕਿਸੇ ਪਲੈਨਿੰਗ ਤੋਂ ਆਉਂਦੇ ਹੋ ਤਾਂ ਇੱਥੇ ਬਹੁਤ ਰਾਸ਼ ਆ, ਤਾਂ ਫਿਰ ਕਿ ਤੁਹਾਡਾ ਵੀ ਫਾਇਦਾ ਨਹੀਂ ਇੱਥੇ ਆਉਣ ਦਾ ਕਿਉਂਕਿ ਇੱਥੇ ਆ ਕੇ ਤੁਸੀਂ ਔਖੇ ਹੀ ਹੋਣਾ ਅਤੇ ਬਾਅਦ 'ਚ ਤੁਹਾਨੂੰ ਕੰਟਰੀ ਆਊਟ ਕਰਨੀ ਪੈਣੀ ਆ ਦੁਬਾਰੇ। ਕਿਉਂਕਿ ਜੇ ਤੁਸੀਂ ਵਿਜ਼ਟਰ 'ਤੇ ਆਉਂਦੇ ਹੋ, ਹੈ ਨਾ, ਸਭ ਤੋਂ ਪਹਿਲਾਂ ਤੁਸੀਂ ਇੱਥੇ ਲੀਗਲੀ ਕੰਮ ਨਹੀਂ ਕਰ ਸਕਦੇ। ਵਿਜ਼ਟਰ 'ਤੇ ਵੀਜ਼ੇ ਦੇ ਉੱਤੇ ਲਿਖਿਆ ਹੁੰਦਾ ਕਿ ਤੁਸੀਂ ਇੱਥੇ ਕੰਮ ਨਹੀਂ ਕਰ ਸਕਦੇ। ਜੇ ਤੁਸੀਂ ਕੱਲ੍ਹ ਨੂੰ ਕਿਤੇ ਕੰਮ ਕਰਦੇ ਫੜੇ ਗਏ ਤਾਂ ਤੁਹਾਨੂੰ ਵਾਪਸ ਭੇਜ ਦੇਣਾ ਉਹਨਾਂ ਨੇ। ਕਿ ਦੂਜੇ ਸਭ ਤੋਂ ਵੱਡੇ ਕੁਐਸਚਨ ਆ ਸੀਗੇ ਕਿ ਮੈਨੂੰ ਕੀ ਕੁਐਸਚਨ ਉਹਨਾਂ ਨੇ ਪੁੱਛੇ ਜਾਂ ਮੈਂ ਵਿਜ਼ਟਰ 'ਤੇ ਆਇਆ, ਠੀਕ ਆ, ਅਤੇ ਮੈਨੂੰ ਉਹਨਾਂ ਨੇ ਬੇਸਿਕ ਸਵਾਲ ਪੁੱਛੇ ਸੀਗੇ। ਸਭ ਤੋਂ ਪਹਿਲਾਂ ਤਾਂ 6 ਕੁਐਸਚਨ ਪੁੱਛੇ ਇੰਗਲਿਸ਼ ਦੇ ਵਿੱਚ, ਅਤੇ ਸਭ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਹਾਡਾ ਪਰਪਸ ਆਫ ਵਿਜ਼ਿਟ ਕੀ ਆ, ਠੀਕ ਹੈ, ਕਿ ਮੈਂ ਕੀ ਕਰਨ ਆਇਆ। ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਹਾਂਜੀ ਮੈਂ ਆਪਦਾ ਇੱਥੇ ਟਰੈਵਲਿੰਗ ਕਰਨ ਆਇਆ ਅਤੇ ਮੈਂ ਆਪਦੀ ਫੈਮਿਲੀ ਨੂੰ ਮਿਲਣ ਆਇਆ, ਠੀਕ ਹੈ। ਦੂਜਾ ਕੁਐਸਚਨ ਉਹਨਾਂ ਨੇ ਪੁੱਛਿਆ ਕਿ ਤੁਸੀਂ ਕਿੱਥੇ ਸਟੇ ਕਰਨੀ ਆ, ਠੀਕ ਹੈ, ਅਤੇ ਮੈਂ ਉਹਨਾਂ ਨੂੰ ਐਡਰੈਸ ਦੱਸਾਂ। ਅਤੇ ਦੂਜਾ ਕੁਐਸਚਨ ਉਹਨਾਂ ਨੇ ਪੁੱਛਿਆ ਕਿ ਮੈਂ ਕਿੱਥੇ ਸਟੇ ਕਰਨੀ ਆ, ਠੀਕ ਹੈ, ਅਤੇ ਤਾਂ ਮੈਂ ਉਹਨਾਂ ਨੂੰ ਆਪਣਾ ਐਡਰੈਸ ਪ੍ਰੋਪਰ ਦਿੱਤਾ ਕਿ ਸਾਰਾ ਕਿ ਮੈਂ ਇੱਥੇ ਸਟੇ ਕਰਨੀ ਆ ਅਤੇ ਮੈਂ ਇੰਨੇ ਦਿਨ ਰਹਿਣਾ ਇੱਥੇ। ਅਤੇ ਤੀਜਾ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਹਾਡੇ ਕੋਲ ਤੁਹਾਡੀ ਰਿਟਰਨ ਟਿਕਟ ਹੈਗੀ ਆ, ਅਤੇ ਮੈਨੂੰ ਰਿਟਰਨ ਟਿਕਟ ਸ਼ੋਅ ਕੀਤੀ। ਅਤੇ ਚੌਥਾ ਕੁਐਸਚਨ ਉਹਨਾਂ ਨੇ ਮੈਨੂੰ ਪੁੱਛਿਆ ਜਿਹਦੇ ਕੋਲ ਮੈਂ ਜਾਣਾ, ਜਿਵੇਂ ਮੈਂ ਆਪਣੇ ਬ੍ਰਦਰ ਕੋਲ ਜਾਣਾ ਸੀਗਾ,
ਅਤੇ ਉਹਨਾਂ ਨੇ ਪੁੱਛਿਆ ਉਹ ਕੀ ਕੰਮ ਕਰਦੇ ਨੇ, ਠੀਕ ਹੈ। ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਉਹ ਬੱਸ ਡਰਾਈਵ ਕਰਦੇ ਨੇ, ਅਤੇ ਉਹਨਾਂ ਨੇ ਪੁੱਛਿਆ ਕਿਹੜੀ ਕੰਪਨੀ 'ਚ ਕੰਮ ਕਰਦੇ ਨੇ, ਅਤੇ ਲਾਸਟ 'ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਹਾਂਜੀ ਕਿ ਤੁਹਾਡਾ ਜੋਬ ਪ੍ਰੋਫਾਈਲ ਇੰਡੀਆ ਦੇ ਵਿੱਚ ਕੀ ਸੀਗਾ। ਤਾਂ ਮੈਂ ਉਹਨਾਂ ਨੂੰ ਆਪਣੀ ਗਵਰਨਮੈਂਟ ਜੋਬ ਬਾਰੇ ਦੱਸਿਆ, ਅਤੇ ਫਿਰ ਦੈਟਸ ਇਟ, ਉਹਨਾਂ ਨੇ ਮੈਨੂੰ ਅੱਗੇ ਪਾਸ ਕਰਵਾ, ਠੀਕ ਹੈ। ਇਹ ਕੁਸ਼ਚਨਿੰਗ ਹੋਈ ਸੀ। ਬਾਕੀ ਮੈਂ ਕੁਛ ਕੁ ਵਰਕ ਵੀਜ਼ੇ ਵਾਲੇ ਮੁੰਡਿਆਂ ਨਾਲ ਵੀ ਗੱਲ ਕੀਤੀ ਕਿ ਉਹਨਾਂ ਨੂੰ ਕਿਹੜੇ ਕਿਹੜੇ ਕੁਸ਼ਚਨ ਪੁੱਛੇ ਗਏ ਸੀਗੇ। ਉਹਨਾਂ ਨੂੰ ਵੀ ਬੇਸਿਕ ਕੁਸ਼ਚਨ ਸੀਗੇ ਕਿ ਤੁਹਾਡੀ ਕਿਹੜੀ ਕੰਪਨੀ ਦੇ ਵਿੱਚ ਜੋਬ ਲੱਗੀ ਆ, ਹੈ ਨਾ, ਕਿ ਤੁਹਾਡਾ ਵਰਕ ਐਕਸਪੀਰੀਅੰਸ ਕਿੰਨੇ ਸਾਲਾਂ ਦਾ, ਅਤੇ ਤੁਸੀਂ ਕੀ ਕੀਤਾ। ਅਤੇ ਉਹਨਾਂ ਨੇ ਆ ਬੇਸਿਕ ਕੁਸ਼ਚਨ ਕੀਤਾ, ਅਤੇ ਉਹਨਾਂ ਨੇ ਬਾਕੀ ਇੱਕ ਕੁਸ਼ਚਨ ਆ ਵੀ ਪੁੱਛਿਆ ਸੀ ਕਿ ਮਿਨੀਮਮ ਵੇਜ ਤੁਹਾਡਾ ਕੀ ਆ, ਠੀਕ ਹੈ। ਅਤੇ ਇਹ ਕੋਮਨ ਕੁਸ਼ਚਨ ਸੀਗਾ ਜਿਹੜੇ ਉਹਨਾਂ ਨੇ ਹਰੇਕ ਜਣੇ ਤੋਂ ਪੁੱਛਿਆ। ਅਤੇ ਬਾਕੀ ਗੱਲ ਇਹ ਆ ਕਿ ਜਦੋਂ ਜੇ ਤੁਸੀਂ ਇੱਥੇ ਵਰਕ 'ਤੇ ਆਉਂਦੇ, ਤੁਹਾਨੂੰ ਥੋੜ੍ਹੀ ਬਹੁਤੀ ਇੰਗਲਿਸ਼ ਦੀ ਨੌਲੇਜ ਤਾਂ ਹੋਣੀ ਚਾਹੀਦੀ, ਹੈ ਨਾ। ਤਾਂ ਕਈ ਵਾਰ ਅੱਜ ਕੱਲ੍ਹ ਕਈ ਜਣਿਆਂ ਨਾਲ ਕੀ ਹੋਇਆ ਕਿ ਇਹਨਾਂ ਨੂੰ ਏਅਰਪੋਰਟ 'ਤੇ ਉਹਨਾਂ ਨੇ ਬਿਠਾ ਲਿਆ, ਅਤੇ ਏਅਰਪੋਰਟ 'ਤੇ ਉਹਨਾਂ ਦੀ ਇੰਟਰਵਿਊ ਲਈ ਸੀ ਕਿ ਇਹ ਇੱਥੇ ਆ ਕੇ ਕੰਮ ਕਰ ਸਕਦੇ ਨੇ, ਇੱਥੇ ਇੰਗਲਿਸ਼ ਬੋਲ ਸਕਦੇ ਨੇ। ਤਾਂ ਕਰਕੇ ਤੁਹਾਨੂੰ ਉੱਥੇ ਥੋੜ੍ਹਾ ਜਿਹਾ ਕੌਨਫੀਡੈਂਟ ਤਾਂ ਰਹਿਣਾ ਪੈਣਾ ਆ, ਅਤੇ ਆਪਣੀ ਜੋਬ ਰਿਲੇਟਿਡ ਸਭ ਕੁਛ, ਹੈ ਨਾ, ਉਹਨਾਂ ਨੂੰ ਦੱਸਣਾ ਪੈਣਾ ਤੁਹਾਨੂੰ ਤੁਸੀਂ ਕਿੱਥੇ ਕਿੱਥੇ ਕੀ ਕੰਮ ਕੀਤਾ ਪਹਿਲਾਂ, ਅਤੇ ਤੁਸੀਂ ਇੱਥੇ ਕਿਸ ਬੇਸ 'ਤੇ ਜੋਬ ਲਈ ਆ, ਅਤੇ ਕਿਤੇ ਨਿਊਜ਼ੀਲੈਂਡ ਦਾ ਟੂਰਿਸਟ ਵੀਜ਼ਾ ਕਿਵੇਂ ਅਪਲਾਈ ਕਰਨਾ, ਇਹਦੇ ਬਾਰੇ ਮੈਂ ਇੱਕ ਡਿਟੇਲ ਵੀਡੀਓ ਬਣਾ ਕੇ ਅਤੇ ਆਪਣੇ ਚੈਨਲ 'ਤੇ ਪਾ ਦੂੰਗਾ, ਅਤੇ ਤੁਸੀਂ ਉਹ ਜ਼ਰੂਰ ਦੇਖਿਓ, ਅਤੇ ਆਪਣਾ ਵੀਜ਼ਾ ਆਪ ਅਪਲਾਈ ਕਰਿਓ, ਠੀਕ ਹੈ। ਦੈਟਸ ਇਟ, ਅਤੇ ਥੈਂਕ ਯੂ ਸੋ ਮੱਚ। ਅਤੇ ਤੁਹਾਡੇ ਹੋਰ ਵੀ ਕੋਈ